ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੀਵਨ ਲੀਲਾ। ਗੁਰੂ ਹਰਿ ਰਾਏ ਸਾਹਿਬ ਦੇ ਘਰ ਤੇ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕ੍ਰਿਤਕਾ ਨਛੱਤਰ ਗੰਡ ਯੋਗ ਵਿੱਚ ਸੋਮਵਾਰ ਸਾਵਣ ਵਧੀ 10 ਮਿਤੀ ਸਾਵਣ 8 ਸੰਮਤ 1713 ਬਿਕਰਮੀ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਵਿੱਚ ਪ੍ਰਗਟ ਹੋਏ। 5.25 ਸਾਲ ਦੀ ਉਮਰ ਵਿੱਚ ਆਪ ਸੋਮਵਾਰ ਕੱਤਕ ਵਧੀ 10 ਮਿਤੀ ਕੱਤਕ 8 ਸੰਮਤ 1718 ਬਿਕਰਮੀ 7 ਅਕਤੂਬਰ 1661 ਈਸਵੀ ਨੂੰ ਗੱਦੀ ਉੱਤੇ ਬੈਠੇ। ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ ਨੇ ਉਹਨਾਂ ਨੂੰ ਗੁਰਿਆਈ ਦਾ ਤਿਲਕ ਦਿੱਤਾ। ਗੁਰੂ ਬਾਰੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ 2 ਥਾਵਾਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਗੁਰੂ ਨਾਨਕ ਦੇਵ ਜੀ ਦੀ ਥਾਂ ਲਹਿਣਾ ਗੁਰੂ ਅੰਗਦ ਜੀ ਗੁਰੂ ਥਾਪੇ ਗਏ। ਇਸ ਬਾਰੇ ਭਾਈ ਸਾਹਿਬ ਲਿਖਦੇ ਹਨ, ਥਾਪਿਆ ਲਹਿਣਾ ਜੀਵ ਦੇ ਗੁਰਿਆਈ ਸਿਰ ਛਤਰ ਫਿਰਾਇਆ, ਜੋਤੀ ਜੋਤ ਮਿਲਾਏ ਕਹਿ ਸਤਿਗੁਰ ਨਾਨਕ ਰੂਪ ਵਟਾਇਆ, ਲੱਖ ਨਾ ਕੋਈ ਸਕਈ ਆਚਰਜੇ ਆਚਰਜ ਦਿਖਾਇਆ, ਕਾਇਆ ਪਲਟ ਸਰੂਪ ਬਣਾਇਆ। ਦੂਸਰੀ ਜਗ੍ਹਾ ਆਪ ਲਿਖਦੇ ਹਨ, ਅਰਜਨ ਕਾਇਆ ਪਲਟ ਕਹਿ ਮੂਰਤ ਹਰ ਗੋਬਿੰਦ ਸਵਾਰੀ। ਇਸ ਦਾ ਅਰਥ ਹੈ ਕਿ ਗੁਰੂ ਨੇ ਆਪਣੀ ਜੋਤ ਦੂਸਰੇ ਵਿੱਚ ਮਿਲਾ ਕੇ ਉਸ ਨੂੰ ਆਪਣਾ ਰੂਪ ਬਣਾ ਲਿਆ। ਇਸੇ ਸਿਧਾਂਤ ਅਨੁਸਾਰ ਸਿੱਖ ਧਰਮ ਵਿੱਚ 10 ਗੁਰੂਆਂ ਨੂੰ ਇੱਕ ਜੋਤ ਮੰਨਿਆ ਜਾਂਦਾ ਹੈ। ਇੱਥੇ ਵੀ ਇਹੋ ਸਿਧਾਂਤ ਹੈ ਕਿ ਗੁਰੂ ਹਰਿ ਰਾਏ ਸਾਹਿਬ ਨੇ ਆਪਣੀ ਜੋਤ ਆਤਮਕ ਸ਼ਕਤੀ ਬਾਲਕ ਹਰਿਕ੍ਰਿਸ਼ਨ ਸਾਹਿਬ ਵਿੱਚ ਮਿਲਾ ਕੇ ਉਹਨਾਂ ਨੂੰ ਗੁਰੂ ਥਾਪ ਦਿੱਤਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਛੋਟੀ ਉਮਰ ਹੋਣ ਦੇ ਬਾਵਜੂਦ ਆਪਣੇ ਗੁਣਾਂ ਕਰਕੇ 7ਵੇਂ ਗੁਰੂ ਦੇ ਯੋਗ ਉੱਤਰ ਅਧਿਕਾਰੀ ਸਾਬਤ ਹੋਏ। ਸਹੀ ਅਰਥਾਂ ਵਿੱਚ ਬਾਲ ਗੁਰੂ ਦੀ ਗੱਦੀ ਉੱਤੇ ਬੈਠਣਾ ਸਿੱਖਾਂ ਦੇ ਸਿਦਕ ਦੀ ਪਰਖ ਸੀ। ਇੱਕ ਪਾਸੇ ਮਿਹਰਬਾਨ ਗੱਦੀ ਲਾ ਕੇ ਬਹਿੰਦਾ ਸੀ, ਇੱਕ ਥਾਂ ਧੀਰਮਲ ਗੁਰੂ ਅਖਵਾਉਂਦਾ ਸੀ। ਗੁਰੂ ਅਰਜਨ ਦੇਵ ਜੀ ਦੀ ਲਿਖਵਾਈ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਧੀਰਮਲ ਕੋਲ ਸੀ। ਇਸ ਵਿਸ਼ੇਸ਼ਤਾ ਕਾਰਨ ਉਸਦੇ ਮਸੰਦ ਸਹੀ ਗੁਰੂ ਉਸੇ ਨੂੰ ਹੀ ਸਿੱਧ ਕਰਦੇ ਸਨ। ਹੁਣ ਤੀਸਰਾ ਗੁਰੂ ਰਾਮ ਰਾਏ ਬਣ ਬੈਠਾ ਸੀ। ਉਸਦਾ ਦਾਅਵਾ ਸੀ ਕਿ ਅਸਲੀ ਗੁਰੂ ਉਹੀ ਹੈ। ਅਜਿਹੀ ਹਾਲਤ ਵਿੱਚ ਸਮੁੱਚੇ ਤੌਰ ਤੇ ਸਿੱਖਾਂ ਦਾ ਅਡੋਲ ਰਹਿਣਾ ਉਸ ਮਿਹਨਤ ਦਾ ਫਲ ਸੀ ਜੋ ਪਹਿਲੇ ਗੁਰੂਆਂ ਨੇ ਕੀਤੀ ਸੀ। ਕੁਝ ਖੁਸ਼ਾਮਦੀ ਲੋਕਾਂ ਨੂੰ ਛੱਡ ਕੇ ਸਮੁੱਚੇ ਤੌਰ ਤੇ ਸਿੱਖ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਹੀ ਆਪਣਾ ਸਹੀ ਗੁਰੂ ਮੰਨਦੇ ਰਹੇ। ਇਸ ਸਿਦਕ ਦਾ ਫਲ ਸਿੱਖ ਜਥੇਬੰਦੀ ਪੂਰੀ ਤਰ੍ਹਾਂ ਕਾਇਮ ਰਹੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਬਾਲ ਉਮਰ ਦੇ ਬਾਵਜੂਦ ਗੁਰਿਆਈ ਦੇ ਯੋਗ ਸੀ? ਇਸ ਦਾ ਉੱਤਰ ਸਾਨੂੰ ਗੁਰੂ ਸਾਹਿਬ ਦੇ ਔਰੰਗਜ਼ੇਬ ਦੀ ਚਾਲ ਦੇ ਸਾਹਮਣੇ ਅਡੋਲ ਰਹਿਣ ਵਿੱਚ ਮਿਲਦਾ ਹੈ। ਰਾਮ ਰਾਏ ਦਾ ਦਾਅਵਾ। ਰਾਮ ਰਾਏ ਦੇ ਮਸੰਦਾਂ ਨੇ ਸੰਗਤਾਂ ਨੂੰ ਪ੍ਰੇਰਨ ਦਾ ਬੜਾ ਯਤਨ ਕੀਤਾ, ਪਰ ਉਹ ਬਹੁ ਗਿਣਤੀ ਨੂੰ ਆਪਣੇ ਮਗਰ ਲਾਉਣ ਵਿੱਚ ਸਫਲ ਨਾ ਹੋਏ। ਸਿੱਖ ਸੰਸਾਰ ਗੁਰੂ ਹਰਿਕ੍ਰਿਸ਼ਨ ਜੀ ਨੂੰ ਹੀ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਮੰਨਦਾ ਰਿਹਾ। ਇਉਂ ਪਾਸਿਓਂ ਇਸ ਪਾਸਿਓਂ ਨਿਰਾਸ਼ ਹੋ ਕੇ ਰਾਮ ਰਾਏ ਨੇ ਫਿਰ ਔਰੰਗਜ਼ੇਬ ਦਾ ਆਸਰਾ ਲਿਆ। ਉਸਨੇ ਬਾਕਾਇਦਾ ਅਰਜੀ ਦਿੱਤੀ ਕਿ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਰਬਾਰ ਵਿੱਚ ਬੁਲਾ ਕੇ ਬਾਦਸ਼ਾਹ ਆਪ ਗੁਰਗੱਦੀ ਦਾ ਫੈਸਲਾ ਕਰੇ। ਸਿੱਖਾਂ ਦੇ ਘਰ ਵਿੱਚ ਜਿੰਨੀ ਫੁੱਟ ਵਧੇ ਔਰੰਗਜ਼ੇਬ ਨੂੰ ਓਨਾ ਹੀ ਫਾਇਦਾ ਸੀ।
ਬਾਦਸ਼ਾਹ ਨੇ ਰਾਜਾ ਜੈ ਸਿੰਘ ਨੂੰ ਬੁਲਾ ਕੇ ਹੁਕਮ ਕੀਤਾ ਕਿ ਉਹ ਅੱਠਵੇਂ ਗੁਰੂ ਜੀ ਨੂੰ ਦਿੱਲੀ ਦਰਬਾਰ ਵਿੱਚ ਪੇਸ਼ ਕਰੇ ਤਾਂ ਕਿ ਦੋਹਾਂ ਭਰਾਵਾਂ ਦੀਆਂ ਦਲੀਲਾਂ ਸੁਣ ਕੇ ਗੁਰਿਆਈ ਦਾ ਫੈਸਲਾ ਕੀਤਾ ਜਾਵੇ। ਰਾਜਾ ਜੈ ਸਿੰਘ ਔਰੰਗਜ਼ੇਬ ਦੇ ਖਾਸ ਅਫਸਰਾਂ ਵਿੱਚੋਂ ਸੀ। ਬਾਦਸ਼ਾਹ ਵੱਲੋਂ ਉਸ ਨੂੰ ਮਿਰਜ਼ਾ ਦਾ ਖਿਤਾਬ ਮਿਲਿਆ ਹੋਇਆ ਸੀ। ਦੂਸਰੇ ਪਾਸੇ ਰਾਜਾ ਜੈ ਸਿੰਘ ਗੁਰੂ ਮਹਾਰਾਜ ਦਾ ਵੀ ਸ਼ਰਧਾਲੂ ਸੀ। ਉਸਨੇ ਬਾਦਸ਼ਾਹ ਵੱਲੋਂ ਇਹ ਭਰੋਸਾ ਲੈ ਲਿਆ ਕਿ ਗੁਰੂ ਮਹਾਰਾਜ ਨੂੰ ਕੋਈ ਕਸ਼ਟ ਨਹੀਂ ਪਹੁੰਚਾਇਆ ਜਾਵੇਗਾ। ਰਾਜਾ ਜੈ ਸਿੰਘ ਨੇ ਆਪਣਾ ਦੀਵਾਨ ਕੀਰਤਪੁਰ ਭੇਜਿਆ ਮਹਾਰਾਜ ਨੂੰ ਲੈਣ ਵਾਸਤੇ। ਉਸਦੇ ਹੱਥ ਵਿੱਚ ਹੱਥ ਦਿੱਲੀ ਦੀ ਸੰਗਤ ਵੱਲੋਂ ਵੀ ਇੱਕ ਪ੍ਰਾਰਥਨਾ ਪੱਤਰ ਭੇਜਿਆ ਗਿਆ ਕਿ ਗੁਰਦੇਵ ਹਜ਼ੂਰ ਦਰਸ਼ਨ ਦੇਣ। ਗੁਰਦੇਵ ਨੇ ਫਰਮਾਇਆ, ਸੰਗਤ ਦਾ ਹੁਕਮ ਮੰਨਦੇ ਹੋਏ ਅਸੀਂ ਦਿੱਲੀ ਜਾਵਾਂਗੇ, ਪਰ ਬਾਦਸ਼ਾਹ ਦੇ ਮੱਥੇ ਨਹੀਂ ਲੱਗਾਂਗੇ। ਮਾਤਾ ਕਿਸ਼ਨ ਕੌਰ ਜੀ, ਭਾਈ ਗੁਰਬਖਸ਼ ਮਸੰਦ ਤੇ ਕੁਝ ਹੋਰ ਮੁਖੀ ਸਿੱਖ ਮਹਾਰਾਜ ਦੇ ਨਾਲ ਦਿੱਲੀ ਗਏ। ਗੁਰਦੇਵ ਰਾਏ ਸੀਨੇ ਨਵੀਂ ਦਿੱਲੀ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ। ਰਾਜਾ ਜੈ ਸਿੰਘ ਦੀ ਰਾਣੀ ਦੇ ਦਿਲ ਵਿੱਚ ਖਿਆਲ ਆਇਆ, ਗੁਰੂ ਮਹਾਰਾਜ ਉਮਰੋਂ ਬਹੁਤ ਛੋਟੇ ਹਨ, ਵੇਖੀਏ ਉਹ ਜਾਣੀ ਜਾਣ ਵੀ ਹਨ ਜਾਂ ਨਹੀਂ। ਰਾਣੀ ਦਾ ਸ਼ੰਕਾ ਨਿਵਿਰਤ, ਰਾਣੀ ਨੇ ਪਰਖ ਕਰਨ ਦੇ ਇਰਾਦੇ ਨਾਲ ਇੱਕ ਕੌਤਕ ਰਚਿਆ। ਇੱਕ ਗੋਲੀ ਨੌਕਰਾਣੀ ਨੂੰ ਆਪਣੀ ਪੁਸ਼ਾਕ ਪਵਾ ਕੇ ਉਸਨੇ ਪਲੰਘ ਉੱਤੇ ਬਿਠਾ ਦਿੱਤਾ ਤੇ ਆਪ ਦੂਸਰਿਆਂ ਵਰਗੇ ਕੱਪੜੇ ਪਹਿਨ ਕੇ ਗੋਲੀਆਂ ਵਿੱਚ ਹੇਠਾਂ ਫਰਸ਼ ਉੱਤੇ ਹੀ ਬਹਿ ਗਈ। ਇਹ ਸਾਂਗ ਰਚ ਕੇ ਰਾਣੀ ਨੇ ਮਹਾਰਾਜ ਨੂੰ ਬੁਲਾ ਭੇਜਿਆ। 7 ਕੁ ਸਾਲ ਦੇ ਬਾਲਕ ਗੁਰੂ ਹੱਥ ਵਿੱਚ ਛੜੀ ਪਕੜੀ ਰਾਣੀ ਦੇ ਮਹਿਲ ਵਿੱਚ ਦਾਖਲ ਹੋਏ। ਉਹਨਾਂ ਸਾਰੀਆਂ ਬੈਠੀਆਂ ਵੱਲ ਬੜੇ ਧਿਆਨ ਨਾਲ ਵੇਖਿਆ, ਭਲਾ ਰਾਣੀ ਤੇ ਗੋਲੀਆਂ ਦੇ ਚਿਹਰੇ ਦੀ ਦੱਖ ਕਿਵੇਂ ਮਿਲੇ? ਇਨਸਾਨ ਭੇਸ ਬਦਲ ਸਕਦਾ ਹੈ, ਮੱਥੇ ਦਾ ਤੇਜ ਨਹੀਂ। ਸਹਿਜ ਸੁਭਾਅ ਨਾਲ ਗੁਰਦੇਵ ਨੇ ਪਲੰਘ ਉੱਤੇ ਬੈਠੀ ਗੋਲੀ ਦੇ ਸਿਰ ਉੱਤੇ ਛੜੀ ਰੱਖੀ ਤੇ ਰਾਣੀ ਨੇ ਉੱਥੇ ਫਿਰ ਰੱਖ ਕੇ ਫਰਮਾਇਆ, ਗੁਰੂ ਜੀ ਨੇ ਫਰਮਾਇਆ ਇਹ ਨਹੀਂ ਰਾਣੀ। ਫਿਰ ਹਜ਼ੂਰ ਨੇ ਕੁਝ ਹੋਰ ਗੋਲੀਆਂ ਦੇ ਸਿਰ ਤੇ ਛੜੀ ਰੱਖ ਕੇ ਵੀ ਉਹ ਸ਼ਬਦ ਦੁਹਰਾਏ, ਇਹ ਵੀ ਨਹੀਂ ਰਾਣੀ, ਇਹ ਵੀ ਨਹੀਂ ਰਾਣੀ। ਇਸ ਤਰ੍ਹਾਂ ਕਹਿੰਦੇ ਕਹਿੰਦੇ ਗੁਰਦੇਵ ਰਾਣੀ ਦੇ ਕੋਲ ਜਾ ਪਹੁੰਚੇ। ਉਸਦੇ ਮੱਥੇ ਵੱਲ ਪੂਰੇ ਧਿਆਨ ਨਾਲ ਵੇਖ ਕੇ ਆਪ ਨੇ ਕਿਹਾ, ਇਹ ਹੈ ਰਾਣੀ। ਤੇ ਇਹ ਛੜੀ ਇੱਕ ਪਾਸੇ ਰੱਖ ਕੇ ਆਪ ਉਸਦੀ ਗੋਦੀ ਵਿੱਚ ਬੈਠ ਗਏ। ਰਾਣੀ ਨੇ ਹਜ਼ੂਰ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ। ਉਸਦੀਆਂ ਅੱਖਾਂ ਵਿੱਚੋਂ ਸ਼ਰਧਾ ਦੇ ਹੰਝੂ ਵਹਿ ਤੁਰੇ। ਫਿਰ ਉਸਨੇ ਮਹਾਰਾਜ ਨੂੰ ਸਿੰਘਾਸਣ ਉੱਤੇ ਬਿਠਾ ਕੇ ਹੱਥੀ ਉਹਨਾਂ ਦੇ ਚਰਨ ਧੋਤੇ ਤੇ ਦਿੱਲੀ ਸ਼ਰਧਾ ਨਾਲ ਪੂਜਾ ਕੀਤੀ। ਇਸ ਘਟਨਾ ਦੀ ਚਰਚਾ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਬਾਲਕ ਗੁਰੂ ਜਾਣੀ ਜਾਣ ਹਨ।